ਪਾਣੀ ਦੀ ਬੜੀ ਜਗਤ ਆ। ਅੱਛਾ ਜੀ। ਤੇ ਬੂਆ ਚੰਨਾ ਸਾਡਾ ਹੈ ਨਹੀਂ ਦਾ, ਨਾ ਕੋਈ ਨਲਕਾ ਹੀ ਆ। ਸਾਈਕਲ ਤੇ ਕਿੰਨਾ ਕੁ ਪਾਣੀ ਆਉਣਾ, ਸਾਰੀ ਦਿਹਾੜੀ ਪਾਣੀ ਢੋਂਦੇ ਰਹੀਦਾ। ਇਸ ਤੋਂ ਇਲਾਵਾ ਸਾਡੇ ਨਾਲ ਦਰਵਾਜ਼ਾ ਹੀ ਆ ਤੇ ਨਾ ਕੰਧਾ ਹੀ ਚਾਰ ਸਵੇਰੇ। ਸਾਡੀ ਜਿਹੜੀ ਕਣਕ ਸਰਕਾਰੀ ਮਿਲੀ ਉਹ ਵੀ ਸਾਡੀ ਚੋਰੀ ਹੋ ਗਈ। ਕਹਿੰਦੇ ਹਨ ਪਾਣੀ ਜ਼ਿੰਦਗੀ ਲਈ ਵਡਮੁੱਲਾ ਅਤੇ ਜ਼ਰੂਰੀ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਜਿਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇੱਕ ਅਜਿਹਾ ਹੀ ਪਰਿਵਾਰ ਪਿੰਡ ਡਲ ਜ਼ਿਲ੍ਹਾ ਤਰਨ ਤਾਰਨ ਦਾ ਹੈ ਜਿਸ ਕੋਲ ਪਾਣੀ ਦਾ ਕੋਈ ਵੀ ਸਾਧਨ ਨਹੀਂ। ਪਰਿਵਾਰ ਵਿੱਚ ਲਖਵਿੰਦਰ ਸਿੰਘ ਅਤੇ ਉਸਦੀ ਬਜ਼ੁਰਗ ਮਾਤਾ ਰਹਿੰਦੀ ਹੈ। ਲਖਵਿੰਦਰ ਸਿੰਘ ਦੋਵੇਂ ਲੱਤਾਂ ਤੋਂ ਅਪਾਹਿਜ ਹੈ ਅਤੇ ਹੱਥਾਂ ਨਾਲ ਤੁਰਦਾ ਹੈ। ਜੇ ਇਸ ਪਰਿਵਾਰ ਦੀ ਗਰੀਬੀ ਦੀ ਗੱਲ ਕਰੀਏ ਤਾਂ ਬਾਹਰਲਾ ਗੇਟ ਵੀ ਨਹੀਂ ਅਤੇ ਚਾਰ ਦੀਵਾਰੀ ਤੋਂ ਬਿਨਾਂ ਹੀ ਪਰਿਵਾਰ ਰਹਿ ਰਿਹਾ ਹੈ। ਇਸ ਘਰ ਵਿੱਚ ਇੱਕ ਦੋ ਵਾਰ ਚੋਰੀ ਵੀ ਹੋ ਚੁੱਕੀ ਹੈ। ਪਰਿਵਾਰ ਦਾ ਅਪਾਹਜ ਲਖਵਿੰਦਰ ਸਿੰਘ ਦੂਰ ਤੋਂ ਪਾਣੀ ਮੁਸ਼ਕਿਲ ਨਾਲ ਲਿਆ ਕੇ ਹਰ ਰੋਜ਼ ਗੁਜ਼ਾਰਾ ਕਰਦਾ ਹੈ। ਪੀੜਤ ਪਰਿਵਾਰ ਨੇ ਸਮਾਜ ਸੇਵੀ ਵੀਰਾਂ ਅਤੇ NRI ਵੀਰਾਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਪਾਣੀ ਦੀ ਸਾਨੂੰ ਬੜੀ ਤੰਗੀ ਆ ਅਤੇ ਬੜਾ ਵਕਤ ਨਾਲ ਲਿਆਈਦਾ ਸਾਈਕਲ 'ਤੇ ਅਤੇ ਸਾਰੀ ਦਿਹਾੜੀ ਬੱਚਾ ਆ ਰਹੀ ਆ ਅਤੇ ਉਹ ਢੋਂਦਾ ਰਹਿੰਦਾ। ਅਤੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਰਹਿੰਦੇ ਤੁਸੀਂ? ਅਸੀਂ ਦੋ ਹੀ ਹਾਂ, ਬਾਪ ਇਹਨਾਂ ਦਾ ਪੂਰਾ ਹੋਇਆ। ਅਤੇ ਘਰ ਦਾ ਜਿਹੜਾ ਹੋਰ ਗੁਜ਼ਾਰਾ ਕਿਵੇਂ ਚੱਲਦਾ? ਇਸ ਤਰ੍ਹਾਂ ਹੀ ਆ, ਜ਼ਿਮੀਂਦਾਰ ਦੇ ਜਾਂਦੇ ਨੇ ਆੜੀ ਸੋਣੀ ਅਤੇ ਖਾ ਲੈਂਦੇ ਹਾਂ। ਅਤੇ ਕੀ ਤੁਸੀਂ ਮੰਗ ਕੀ ਕਰਦੇ ਹੁਣ ਸਮਾਜ? ਹੁਣ ਸਾਨੂੰ ਚਾਹੀਦੀ ਆ ਪਾਣੀ ਦੀ ਬੜੀ ਜਗਤ ਆ। ਅੱਛਾ ਜੀ। ਅਤੇ ਬੂਆ ਚੰਨਾ ਸਾਡਾ ਹੈ ਨਹੀਂ ਗਾ, ਨਾ ਕੋਈ ਨਲਕਾ ਹੀ ਆ। ਇਹ ਕਿਹੜਾ ਪਿੰਡ ਆ? ਡਲ। ਕਿਹੜੇ ਜ਼ਿਲ੍ਹੇ 'ਚ? ਅੰਮ੍ਰਿਤਸਰ। ਤਰਨ ਤਾਰਨ 'ਚ? ਹਾਂ। ਅੱਛਾ ਜੀ। ਹਾਂ, ਸਾਨੂੰ ਇਹ ਤੰਗੀ ਆ, ਇਹ ਸਾਡੀ ਤੰਗੀ ਪੂਰੀ ਕਰੋ। ਹਾਂਜੀ, ਕੀ ਨਾਮ ਵੀਰ ਜੀ? ਲਖਵਿੰਦਰ ਸਿੰਘ ਜੀ। ਕੀ ਮੁਸ਼ਕਲ ਆ? ਮੁਸ਼ਕਲ ਪਾਣੀ ਦੀ। ਪਿੰਡ ਕਿਹੜਾ ਹੈ? ਡਲ। ਜ਼ਿਲ੍ਹਾ ਕਿਹੜਾ? ਤਰਨ ਤਾਰਨ। ਕਿਸ ਤਰ੍ਹਾਂ ਦੀ ਜਿਹੜੀ ਮੁਸ਼ਕਲ ਆ? ਮੁਸ਼ਕਲ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਵੀ ਸਾਡੇ ਤੋਂ ਨਾ ਤਾਂ ਪਾਣੀ ਆਉਂਦਾ ਹੀ ਆ, ਸਾਈਕਲ 'ਤੇ ਆਉਂਦਾ, ਸਾਈਕਲ 'ਤੇ ਕਿੰਨਾ ਕੁ ਪਾਣੀ ਆਉਣਾ, ਸਾਰੀ ਦਿਹਾੜੀ ਪਾਣੀ ਢੋਂਦੇ ਰਹੀਦਾ। ਕਿੰਨੀ ਦੂਰ ਤੋਂ ਪਾਣੀ ਰਹੀ? ਗੁਰਦੁਆਰਾ ਸਾਹਿਬ ਤੋਂ ਆਉਂਦਾ ਪਾਣੀ ਦੂਰ। ਘਰ ਦੇ ਵਿੱਚ ਕੋਈ ਨਲਕਾ ਜਾਂ ਮੋਟਰ? ਕੋਈ ਨਹੀਂ ਨਲਕਾ ਨਾ ਕੋ ਮੋਟਰ ਆ। ਕੀ ਮੰਗ ਕਰਦੇ ਹੋ? ਮੰਗ ਇਹੋ ਕਰਦੇ ਹਾਂ ਜਾਂ ਸਾਨੂੰ ਮੋਟਰ ਮਾਟਰੀ ਕੋਈ ਸਮਾਜ ਸੇਵੀ ਲਵਾ ਦੇਵੇ ਅਤੇ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੋਰ ਇਸ ਤੋਂ ਇਲਾਵਾ ਸਾਡੇ ਨਾਲ ਦਰਵਾਜ਼ਾ ਹੀ ਆ ਅਤੇ ਨਾ ਕੰਧਾਂ ਹੀ ਚਾਰ ਸਵੇਰੇ। ਸਾਡੀ ਜਿਹੜੀ ਕਣਕ ਸਰਕਾਰੀ ਮਿਲੀ ਉਹ ਵੀ ਸਾਡੀ ਚੋਰੀ ਹੋ ਗਈ। ਇੱਕ ਵਾਰ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਕੇ ਅਤੇ ਦਾਨੀ ਸੱਜਣਾਂ ਨੂੰ ਦੱਸੋ। ਮੇਰਾ ਮੋਬਾਈਲ ਨੰਬਰ ਹੈਗਾ 98557-98307। ਇੱਕ ਵਾਰ ਫਿਰ ਦੁਬਾਰਾ? 98557-98307। ਜੇ ਤੁਹਾਨੂੰ ਤੁਹਾਡੇ ਪਾਣੀ ਦੀ ਜਿਹੜੀ ਆ ਸਮੱਸਿਆ, ਸਮਾਜ ਸੇਵੀ ਵੀਰ ਜਾਂ ਕੋਈ ਹੋਰ NRI ਵੀਰ ਹੱਲ ਕਰ ਦੇਣ। ਹਾਂਜੀ। ਅਤੇ ਕਿਸ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਊ ਤੁਹਾਨੂੰ? ਸਾਨੂੰ ਮਹਿਸੂਸ ਇੱਦਾਂ ਦਾ ਹੋਊਗਾ ਕਿ ਜਿਵੇਂ ਸਾਡੇ ਭਰਾ ਨੇ ਮੋਟਰ ਲਵਾ ਦਿੱਤੀ। ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ। ਫਗਵਾੜੇ ਗੌਰਵ ਅਰੋੜਾ ਮੋਬਾਈਲ ਜ਼ੋਨ ਨੇ ਪਾਈਆਂ ਧੁੰਮਾਂ। ਦਿੱਲੀ ਨਾਲੋਂ ਵੀ ਮਿਲਦਾ ਹੈ ਸਸਤਾ ਸਮਾਨ। ਇੱਥੇ ਵਧੀਆ ਕੁਆਲਿਟੀ ਅਤੇ ਸਸਤੇ ਤੋਂ ਸਸਤੇ ਰੇਟਾਂ 'ਤੇ ਮਿਲਦੀ ਹੈ ਮੋਬਾਈਲ ਅਸੈਸਰੀ, ਜਿਵੇਂ ਡਾਟਾ ਕਵਰ, ਹੈੱਡਫੋਨ, ਮੋਬਾਈਲ ਕਵਰ, ਹੋਰ ਵੀ ਬਹੁਤ ਕੁਝ। ਬੇਰੁਜ਼ਗਾਰ ਨੌਜਵਾਨਾਂ ਲਈ ਵੀ ਹੈ ਸੁਨਹਿਰੀ ਮੌਕਾ। ਜੇਕਰ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਗੌਰਵ ਅਰੋੜਾ ਤੋਂ ਸਿਰਫ 25,000 ਵਿੱਚ ਹੀ ਕਰ ਸਕਦਾ ਹੈ ਕੰਮ ਸ਼ੁਰੂ। ਹੁਣ ਸੋਚਣਾ ਛੱਡੋ ਅਤੇ ਜਲਦ ਤੋਂ ਜਲਦ ਪਹੁੰਚੋ ਗੌਰਵ ਅਰੋੜਾ ਮੋਬਾਈਲ ਜ਼ੋਨ, ਨੀਅਰ ਕਮਲਾ ਨਹਿਰੂ ਕਾਲਜ, ਪਟਾਕਾ ਮਾਰਕੀਟ, ਪਲਾਹੀ ਰੋਡ, ਫਗਵਾੜਾ। ਜਲਦੀ ਕਰੋ, ਕਿਤੇ ਸੁਨਹਿਰਾ ਮੌਕਾ ਹੱਥੋਂ ਛੁੱਟ ਨਾ ਜਾਏ। ਵਧੇਰੇ ਜਾਣਕਾਰੀ ਲਈ ਕਾਲ ਕਰੋ 98725-34351।